ਸੋਸ਼ਲ ਮੀਡੀਆ ਇੱਕ ਅਜਿਹਾ ਸਾਧਨ ਹੈ ਜਿੱਥੇ ਰੋਜ਼ ਨਵੀਂ ਤੋਂ ਨਵੀਂ ਖਬਰ, ਵੀਡੀਓ, ਆਡੀਓ ਵਾਇਰਲ ਹੁੰਦੀ ਹੈ। ਕਈ ਵਾਰੀ ਬਹੁਤ ਕੁਝ ਅਜਿਹਾ ਵੀ ਹੁੰਦਾ ਹੈ ਜੋ ਪਹਿਲਾਂ ਕਿਸੇ ਨੇ ਨਹੀਂ ਦੇਖਿਆ ਸੁਣਿਆ ਹੁੰਦਾ। ਇੱਕ ਅਜਿਹੀ ਹੀ ਆਡੀਓ ਰਿਕਾਰਡਿੰਗ ਮਿਲੀ ਹੈ ਜੋ ਕਿ ਹੈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਆਡੀਓ, ਜਿਸ ਵਿੱਚ ਉਹ ਸ਼ਾਇਦ ਜ਼ਿਆਦਾ ਪੱਤਰਕਾਰਾਂ ਨਾਲ ਜਾਂ ਕਿਸੇ ਇੱਕ ਪੱਤਰਕਾਰ ਨਾਲ ਗੱਲਬਾਤ ਕਰ ਰਹੇ ਹਨ। ਇਸ ਆਡੀਓ ਵਿੱਚ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਪੱਤਰਕਾਰ ਦੇ ਸਵਾਲ ਜਵਾਬ ਹਨ ਕਿ ਸੰਤ ਜੀ ਖਾਲਿਸਤਾਨ ਦੀ ਮੰਗ ਕਰਦੇ ਹਨ, ਉਹਨਾਂ ਦਾ ਅਕਾਲੀ ਦਲ ਨਾਲ ਕੀ ਰਿਸ਼ਤਾ ਹੈ, ਆਦਿ ਸਵਾਲ ਹਨ ਜਿਨ੍ਹਾਂ ਦੇ ਸੰਤ ਜੀ ਜਵਾਬ ਦੇ ਰਹੇ ਹਨ। ਇੱਕ ਹੋਰ ਗੱਲ ਕਿ ਆਡੀਓ ਵਿੱਚ ਸੰਤ ਜੀ ਨੇ ਕਿਹਾ ਹੈ ਕਿ ਖਾਲਿਸਤਾਨ ਸੰਬੰਧੀ ਉਹ ਨਾ ਤਾਂ ਖਾਲਿਸਤਾਨ ਮੰਗਦੇ ਹਨ ਅਤੇ ਨਾ ਹੀ ਖਾਲਿਸਤਾਨ ਦੇ ਵਿਰੋਧੀ ਹਨ। ਪਰ ਨਾਲ ਹੀ ਇਹ ਜਾਣਕਾਰੀ ਲਈ ਜ਼ਰੂਰ ਦੱਸ ਦਈਏ ਕਿ ਇਸ ਤੋਂ ਬਾਅਦ ਜਦੋਂ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਸੀ ਤਾਂ ਸੰਤ ਜੀ ਨੇ ਐਲਾਨ ਕੀਤਾ ਸੀ ਕਿ ਜੇਕਰ ਫੌਜ ਨੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਤਾਂ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਸੰਤ ਜੀ ਦੇ ਇਸ ਪੱਖ ਨੂੰ ਧਿਆਨ ਵਿੱਚ ਰੱਖ ਕੇ ਇਹ ਆਡੀਓ ਸੁਣੀ ਜਾਵੇ, ਕਿਉਂਕਿ ਬਹੁਤੇ ਲੋਕਾਂ ਨੇ ਇਸ ਨੂੰ ਇਹੀ ਸਮਝਣਾ ਕਿ ਸੰਤ ਜੀ ਵੱਲੋਂ ਖਾਲਿਸਤਾਨ ਦੀ ਕਦੇ ਮੰਗ ਹੋਈ ਹੀ ਨਹੀਂ। ਜੇ ਜਨਾਨੀ ਪਿੱਛੇ ਜਹਾਜ਼ ਅਗਵਾ ਕਰਨ ਵਾਲੇ ਇੱਥੇ ਟਿਕਟਾਂ ਲੈ ਸਕਦੇ ਤੇ ਜਹਾਜ਼ ਅਗਵਾ ਇਸ ਵਾਸ ਕਰਕੇ ਲਗੇ, ਉਹਨਾਂ ਨਾਲ ਪਿਆਰ ਕਿਉਂ ਨਹੀਂ? ਚੰਗੇ ਟ੍ਰੇਨਡ ਸਾਰਿਆਂ ਦਾ ਨੀ, ਹੁਣ ਤਾਂ ਫਿਰ ਉਹਨਾਂ ਨੂੰ ਕਰਵਾਏ ਆ, ਕਿਤੇ ਬਿਆਨ ਦਿੱਤਾ ਦੂਜੇ ਦਿਨ ਚਾਲੂ ਹੋ ਗਏ। ਮੈਂ ਕਿਹਾ ਚੰਗਾ ਮੇਰੇ ਇਸ ਤਰ੍ਹਾਂ ਬੰਦ ਰੱਖਣਗੇ ਤੇ ਸਸਤੇ ਹੋ ਜਾਣਗੇ, ਸਾਰੇ ਲੈ ਲੈਣਗੇ ਕਿ ਲੈਣੀ ਕਿਹੜੇ ਸੌਖੀ। ਅਕਾਲੀ ਦਲ ਨੇ ਕਹਿ ਦਿੱਤਾ ਕਿ ਉਹ ਖਾਲਿਸਤਾਨ ਨਹੀਂ ਮੰਗਦੇ ਤੇ ਨਹੀਂ ਚਾਹੁੰਦੇ, ਕੀ ਤੁਸੀਂ ਖਾਲਿਸਤਾਨ ਦੀ ਮੰਗ ਨੂੰ ਠੀਕ ਸਮਝਦੇ ਹੋ? ਮੈਂ ਨਾ ਤਾਂ ਖਾਲਿਸਤਾਨ ਦੀ ਹਮਾਇਤ ਕਰਦਾ ਨਾ ਵਿਰੋਧ ਕਰਦਾ, ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਹਾਂ, ਬਰਾਬਰ ਦੇ ਸ਼ਹਿਰੀ ਬਣ ਕੇ ਗੁਲਾਮ ਬਣ ਕੇ ਨਹੀਂ ਰਹਿਣਾ, ਦੋ ਨੰਬਰ ਦੇ ਬਣ ਕੇ ਨਹੀਂ ਰਹਿਣਾ। ਇਹ ਹੁਣ ਸੈਂਟਰ ਸਾਨੂੰ ਦੱਸੇ ਇਹ ਨਾਲ ਰੱਖਣਾ ਜਾਂ ਨਹੀਂ ਰੱਖਣਾ, ਇਹ ਕੰਮ ਸੈਂਟਰ ਦਾ ਹੈ, ਮੈਂ ਕੋਈ ਚੌਕੀਦਾਰ ਨਹੀਂ ਵੀ ਉਹਨਾਂ ਦਾ ਕੰਮ ਮੈਂ ਕਰਾਂ। ਅਸੀਂ ਨਾਲ ਰਹਿਣਾ ਚਾਹੁੰਦੇ ਹਾਂ ਅਤੇ ਜੇ ਸਾਨੂੰ ਖਾਲਸਾ ਉਹਨੇ ਦੇ ਦਿੱਤਾ ਤਾਂ ਖੇੜੇ ਮੱਥੇ ਪ੍ਰਵਾਨ ਕਰਾਂਗੇ, ਜਿਹੜੇ ਬੇੜੀਆਂ 'ਚ ਵੱਟੇ ਬੰਦੇ ਉਸ ਨੇ ਪਾਏ ਐਰਕ ਨਹੀਂ ਪੈਣ ਦੇਣਾ। ਦੱਸੋ ਪੜ੍ਹ ਕੇ ਕੀ ਲਿਖਣ? ਨਾ ਮੈਂ ਵਿਰੋਧ, ਮੇਰਾ ਦ੍ਰਿਸ਼ਟੀਕੋਣ ਇਹ ਹੈ ਕਿ ਅਸੀਂ ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਹਾਂ। ਇਹਦੇ ਬਾਰੇ ਅੱਖਰ ਮੇਰੇ ਉਹਨੇ ਲਿਖਦੇ ਕਾਗਜ਼ ਹੋਰ ਕਰਦਾ ਹਾਂ ਤੇ ਨਾ ਵਿਰੋਧ, ਨਾ ਮੈਂ ਫੇਰ ਲਿਖਣੇ, ਨਾ ਮੈਂ ਹਮਾਇਤ ਕਰਦਾ ਹਾਂ ਨਾ ਵਿਰੋਧ, ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਹਾਂ, ਹਿੰਦੁਸਤਾਨ ਵਿੱਚ ਰਹਿਣਾ ਬਰਾਬਰ ਦੇ ਸ਼ਹਿਰੀ ਬਣ ਕੇ ਚਾਹੁੰਦਾ ਹਾਂ, ਨਹੀਂ ਗਾ ਚਾਹੁੰਦੇ ਹਾਂ, ਚਾਹੁੰਦੇ ਬਹੁਤ ਵਚਨ ਸਾਰੇ ਸਿੱਖਾਂ ਦੀ ਗੱਲ ਹੈ। ਹਾਂਜੀ, ਬਰਾਬਰ ਦੇ ਸ਼ਹਿਰੀ ਬਣ ਕੇ ਗੁਲਾਮ ਬਣ ਕੇ ਨਹੀਂ। ਇਹ ਸਾਨੂੰ ਸੈਂਟਰ ਗੌਰਮੈਂਟ ਦੱਸੇ ਸਾਨੂੰ ਸਿੱਖਾਂ ਨੂੰ ਨਾਲ ਰੱਖਣਾ ਹੈ ਜਾਂ ਨਹੀਂ ਰੱਖਣਾ। ਅਕਾਲੀ ਦਲ ਨੇ ਕੁਰਬਾਨੀ ਲਈ ਮਰਜੀਵੜਿਆਂ ਦੀ ਸੂਚੀ ਤਿਆਰ ਕੀਤੀ ਹੈ, ਪਰ ਤੁਹਾਡੇ ਪਾਸ ਵੱਖਰਾ ਭਰਤੀ ਦਾ ਰਜਿਸਟਰ ਹੈ, ਤੁਹਾਡੀ ਤੇ ਅਕਾਲੀ ਦਲ ਦੀ ਭਰਤੀ ਦਾ ਫਰਕ ਕੀ ਹੈ? ਇਹ ਅਕਾਲੀ ਦਲ ਨੂੰ ਪੁੱਛੋ, ਜਿਹੜਾ ਮੇਰਾ ਤਰੀਕਾ ਮੈਂ ਤਰੀਕਾ ਆਪਣਾ ਦੱਸ ਦਿੰਦਾ, ਅਤੇ ਅਕਾਲੀ ਦਲ ਦਾ ਅਕਾਲੀ ਦਲ ਨੂੰ ਪੁੱਛਣਾ, ਮੈਂ ਆਪਣੀ ਜ਼ਿੰਮੇਵਾਰੀ ਲੈ ਸਕਦੀ। ਅਸੀਂ ਇਹ ਕਹਿ ਕੇ ਭਰਤੀ ਕਰਾਉਂਦੇ ਹਾਂ, ਪਹਿਲਾਂ ਤਾਂ ਪੁੱਛੀਦਾ ਵੀ ਤੂੰ ਘਰੇ ਫਤਿਹ ਬੁਲਾਇਆ ਪੱਪੂ ਅਤੇ ਮੰਮੀ ਨੂੰ ਫੀਰ ਦੀ ਕਿ ਨਹੀਂ, ਜੇ ਤੂੰ ਕਹਿ ਰਹੇ ਬੁਲਾਇਆ ਤਾਂ ਫਿਰ ਉਹਨਾਂ ਫਿਰ ਤੂੰ ਨਾਂ ਲਿਖਵਾ ਦੇ, ਅਤੇ ਜਿਹਨੇ ਪੱਪੂ ਅਤੇ ਮੰਮੀ ਨੂੰ ਜਾ ਕੇ ਫਤਿਹ ਬੁਲਾਉਣੀ ਹੁੰਦੀ ਉਹਨੂੰ ਆਖਿਓ ਤੁਸੀਂ ਮੈਨੂੰ ਅੜਕ ਕੇ ਆ ਦੀ। ਹਾਂਜੀ, ਫਿਰ ਨਾਲ ਇਹ ਕਹੀਦਾ ਵੀ ਜਿਹਨੇ ਐੱਮ ਐੱਲ ਏ ਦੀ ਟਿਕਟ ਲੈਣੀ ਹੈ
ਉਹ ਥੱਲੇ ਲਿਖਾ ਦੇ, ਮੇਰੇ ਕੋਲ ਟਿਕਟ ਵਾਲਾ ਥਾਂ ਹੈ ਨਹੀਂ ਕੋਈ। ਜਿਹੜੇ ਮੁੰਡਾ ਕੁੜੀ ਚੇਅਰਮੈਨ ਲਾਉਣਾ ਜਾਂ ਕਿਤੇ BA BEd ਵਿੱਚ ਕੋਈ ਦਾਖਲਾ ਦਵਾਉਣਾ, ਮੇਰੇ ਕੋਲ ਕੋਈ ਹੈ ਨਹੀਂ ਹੈ। ਉਹ ਥੱਲੇ ਮੇਰੇ ਕੋਲ ਪਏ ਹੈ, ਇਹਨੇ ਭੈਣਾਂ ਦੀ ਲੁੱਟੀ ਹੈ ਅਤੇ ਸ਼ਹੀਦਾਂ ਦਾ ਪੀਤਾ ਖੂਨ ਅਤੇ ਗੁਰੂ ਦੀ ਕੀਤੀ ਜਲਦੀ, ਉਹਨਾਂ ਤੋਂ ਹੱਕ ਲੈਣਾ ਹੈ ਅਤੇ 30 ਤਾਰੀਖ 'ਤੇ ਰੱਖ ਕੇ ਸੜਕ 'ਤੇ ਤੁਰਨਾ, ਉਹ ਮੇਰੇ ਕੋਲ ਲਿਖਾ ਦਿਓ। ਸਾਡੇ ਕੋਲ ਲਾਲ ਟਹਿਣੀ 72 ਹੂਰਾਂ ਅਤੇ ਅੰਗੂਰਾਂ ਦੀ ਸ਼ਰਾਬ ਮਿਲੂਗੀ, ਇਹ ਹੈ ਨਹੀਂ ਜੇ 72 ਹੂਰੇ ਮਿਲਣਗੇ ਫਿਰ ਕੀ ਬਣੇ। ਇਹ ਕਹਿ ਕੇ ਲਿਖਵਾਈਦਾ, ਜਿਹਦਾ ਚਿੱਤ ਕਰਦਾ ਲਿਖਵਾ ਦਿੰਦਾ, ਜਿਹਦਾ ਨਹੀਂ ਚਿੱਤ ਮੰਨਦਾ ਵੀ ਮੇਰੇ ਕੋਲ ਤਾਕਤ ਨਹੀਂ ਜਾਂ ਮੈਂ ਕਰ ਨਹੀਂ ਸਕਦਾ, ਉਹ ਨਹੀਂ ਵੀ ਲਿਖਾਉਂਦਾ। ਬਾਕੀ 16 ਤੋਂ ਲੈ ਕੇ 40 ਸਾਲ ਦੀ ਉਮਰ ਤੱਕ ਬਹੁਤਿਆਂ ਦਾ ਨਾਂ ਮੈਂ ਲਿਖਿਆ, ਐਲਾਨ ਮੈਂ ਕੀਤਾ ਨਹੀਂ ਗਾ, ਨਾ ਯਾਰ ਮੇਰੇ ਵੱਲੋਂ ਕਰਿਓ, ਅਖਬਾਰ 'ਚ ਨਾ ਦੇ ਦਿੰਦਾ, ਐਲਾਨ ਮੈਂ ਨਹੀਂ ਕੀਤਾ। ਪਰ ਫਿਰ ਵੀ ਮਾਰ ਦੀ ਕਿਰਪਾ ਨਾਲ 32,000 ਤੋਂ 735 ਚੌਂਕੀ ਹੋ ਗਏ। ਮੈਂ ਲਿਖ ਦੇਣੀ ਵੀ ਅਤੇ ਮੈਂ ਉੱਥੇ ਅਕਾਲੀ ਦਲ ਦੇ ਦਫ਼ਤਰ 'ਚ ਭੇਜ ਦਿੰਦਾ, ਕਿਉਂਕਿ ਉਹ ਦਫ਼ਤਰ ਵਾਲੀ ਲਿਖਤ ਸੰਤ ਜੀ ਕੋਲ ਮਗਰੋਂ ਆਉਂਦੀ ਹੈ, ਦਰਬਾਰੇ ਕੋਲ ਪਹਿਲਾਂ ਜਾਂਦੀ ਹੈ, ਇਸ ਵਾਸਤੇ ਮੈਂ ਵੱਖਰੀ ਲਿਖੀ ਹੈ। ਹਾਂ, ਲਿਖੇ ਸੰਤਾਂ ਨੂੰ ਪੁੱਛ ਕੇ ਲਿਖਣ ਦਾ ਕਾਰਨ ਇਹ ਬਣਿਆ ਕਿ ਜਿਵੇਂ ਹੁਣ ਪੰਡਾਲ ਭਰਿਆ, ਹੁਣ ਤਾਂ ਬਹੁਤ ਥੋੜ੍ਹੇ ਇੱਥੇ ਤਿਲਸਿੱਤ ਨੂੰ ਥਾਂ ਨਹੀਂ ਸਕਦਾ, ਸੂਫੀਆਂ ਤੱਕ ਵੀ ਲਿਖੇ ਮੈਂ ਤਾਂ ਸੰਗਤ ਵੀਰ ਗਈ ਸੀ, ਪੜ ਗਈ ਸੀ ਵੀ ਅਸੀਂ ਥੱਲੇ ਨਹੀਂ ਲਿਖਾਉਣਾ ਗਾ, ਲਿਖਾਉਣਾ ਤੇਰੇ ਕੋਲ ਲਿਖਾਉਣਾ, ਅਤੇ ਜੇ ਨਹੀਂ ਤੁਸੀਂ ਕਰਨ ਜਾਂਦੇ ਹਾਂ। ਫਿਰ ਮੈਂ ਕਦੇ ਬੈਠੇ, ਮੈਂ ਸੰਤ ਕੋਲ ਜਾ ਕੇ ਦੱਸੋ ਪੁੱਛ ਕੇ ਵੀ ਸੰਗਤ ਸੁਭਾਅ ਬਣਾਈ ਬੈਠੀ, ਦੱਸੋ ਕੀ ਕਰੀਏ, ਜੇ ਤੁਸੀਂ ਕਹੋ ਤਾਂ ਮੈਂ ਲਿਖ ਲਵਾਂ, ਜੇ ਕੱਲ੍ਹ ਨੂੰ ਕਹੋ ਆਪਦਾ ਅਕਾਲੀ ਦਲ ਵੱਖਰਾ ਬਣਾਉਂਦਾ ਫਿਰਦਾ, ਅਤੇ ਫਿਰ ਤੁਸੀਂ ਆਪਦਾ ਮੈਨੂੰ ਲਿਖਵਾ ਲਓ ਜੇ ਲਿਖਦੇ ਤੇ। ਸੰਤ ਕਹਿੰਦੇ ਲਿਖ ਲਾ, ਅਤੇ ਲਿਖ ਕੇ ਅਤੇ ਉਹਨਾਂ ਦੇ ਨਾਂ ਦਫ਼ਤਰ 'ਚ ਭੇਜ ਦੇ। ਮੈਂ ਫਿਰ ਮੇਰਾ ਜਵਾਬ ਹੈ, ਕਹਿੰਦੇ ਕਿਉਂ, ਮੈਂ ਤੁਹਾਡੇ ਕੋਲ ਰਿਪੋਰਟ ਪਿੱਛੋਂ ਆਉਣੀ ਹੈ ਉੱਥੋਂ ਵਾਲਿਆਂ ਦੀ, ਅਤੇ ਉੱਥੇ ਪਹਿਲਾਂ ਜਾਣੀ ਹੈ, ਅਤੇ ਜਿਹੜੇ ਮੇਰੇ ਰਜਿਸਟਰ ਦੁਆਰਾ ਤੁਹਾਡੇ ਕੋਲ ਆਏ ਉਹ ਦਿਨ ਚੜ੍ਹਦੇ ਨੂੰ ਸਾਰੇ ਜੇਲ੍ਹ 'ਚ ਹੋਣੇ ਆ। ਹਾਂ, ਮੈਂ ਇੱਕ ਸ਼ਰਤ 'ਤੇ ਤੁਹਾਨੂੰ ਯਕੀਨ ਦਵਾਉਂਦਾ ਵੀ ਜਿੱਦੇ ਤੁਸੀਂ ਮਰਜ਼ੀ ਬੜੇ ਇਕੱਠੇ ਕਰਕੇ ਕਿਸੇ ਪਾਸੇ ਤੋਰਨੇ ਹੈ, 32,000 ਅਤੇ ਕੁਝ ਸੈਂਕੜੇ ਦੇ ਹਿਸਾਬ ਨਾਲ ਮੇਰੇ ਕੋਲ ਨਾਂ ਆਏ ਆ, ਹੈਂਜੀ, ਅਤੇ ਤੁਸੀਂ ਜਿਹੜਾ 1,15,000 ਲਿਖਿਆ ਉਹ ਇੱਕ ਪਾਸੇ ਤੁਸੀਂ ਕਲਿਆਰ, 32,000 ਦੀ ਲੈਣ ਲੱਗ ਕੇ ਮੈਂ ਕਲਿਆਰ ਦੂੰਗਾ, ਬੰਦੇ ਗਏ ਨੇ, ਬੰਦੇ ਮੈਂ ਦੇ ਦੂੰ ਪੂਰੇ ਲਿਸਟ ਮਿਲਦੇ ਨੇ, ਕਿਉਂਕਿ ਇੱਥੇ ਹੁੰਦਾ ਵੀ ਜੇ ਤਾਂ ਤੂੰ ਯੂਥ ਵਿੰਗ ਨਾਲ ਦੱਸ, ਜੇ ਉਹ ਕਹਿ ਦੇ ਮੈਂ ਯੂਥ ਵਿੰਗ ਨਾਲ ਅਤੇ ਪੁਲਿਸ ਨੂੰ ਟੈਲੀਫੋਨ ਜਾਂਦਾ ਛੱਡ ਦਿਓ, ਜੇ ਉਹ ਕਹਿ ਦੇ ਮੈਂ ਫੈਡਰੇਸ਼ਨ ਨਾਲ ਕਹਿੰਦੇ ਕਿਤਾਬਾਂ ਚਾੜੋ, ਕਿੱਥੋਂ ਟੈਲੀਫੋਨ ਜਾਂਦਾ, ਲਿਸਟ ਕਿਵੇਂ ਦੇਣਾ ਉੱਥੇ, 32,000 ਉਹਦੇ ਗਾਹ ਬੰਦ ਕਰ ਕਰ ਨਾ ਤਾਂ ਅਖਬਾਰ 'ਚ ਕੱਢਿਆ, ਸੰਗਤ ਨੂੰ ਅਜੇ ਕੋਈ ਪਤਾ ਨਹੀਂ ਗਾ, ਨਹੀਂ ਨਹੀਂ ਮਤਲਬ ਕਿਹਾ ਨਹੀਂ ਅਸੀਂ, 10,000 ਤਾਂ ਫੌਜੀ ਆ, ਫੌਜੀ ਅਸੀਂ ਨਾ ਹੀ ਨਹੀਂ ਕਿਸੇ ਦਾ ਲਿਖਿਆ, ਠੀਕ ਆ, 10,000 ਫੌਜੀ ਆ ਪੱਕਾ, ਜਰਨੈਲ ਮੇਜਰ ਕਰਨਲ ਮਿਲਦੇ ਸਾਰੇ, ਉਹਨਾਂ ਦੇ ਊਂ ਗੁਪਤ ਰੱਖੇ ਆ, ਲਿਖੇ ਨਹੀਂ ਹੈ। ਮੈਂ ਕਿਹਾ ਲਿਖਿਆ ਕੀ ਪਤਾ ਕੋਈ ਵਿੱਚ ਬੀਮਾ ਨੇ ਚੁੱਕ ਕੇ ਦੇ ਦੇਵੇ ਲਿਸਟ, 10,000 ਅਤੇ 10,000 ਦੇ 10,000 ਕੋਲ 1,000 ਐਲਾਨ ਮੇਰਾ ਹੈ ਵੀ ਬੰਬ ਤੋਪ ਗ੍ਰਨੇਡ ਬਰੇਨ ਗਨ ਗਨ ਜੋ ਰੱਖੀ ਰੱਖੋ, ਬਹਿ ਦਿਓ ਭਾਈ ਸਭ ਪੁੱਛ ਲੈਣਾ। ਸਭ ਕਰਦੇ ਹੋ ਕਿ ਵਰਤਮਾਨ ਸਮੇਂ ਵਿੱਚ ਨਿਰਾਲਾ ਸਿੱਖ ਰੂਪ ਖਤਰੇ ਵਿੱਚ ਹੈ, ਕੀ ਬਹੁ ਗਿਣਤੀ ਦੇ ਫਿਰਕਾ ਪ੍ਰਸਤ ਸਿੱਖਾਂ ਨੂੰ ਆਪਣੇ ਵਿੱਚ ਜਜ਼ਬ ਕਰਨ ਦੀਆਂ ਸਾਜ਼ਿਸ਼ਾਂ ਕਰ ਰਹੇ ਹਨ, ਇਸ ਦੇ ਟਾਕਰੇ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਸੋਚਦੇ ਹੋ? ਇਹ ਅਨੁਭਵ ਕਰ ਲਿਆ ਹੈ ਜੋ ਤੁਸੀਂ ਪ੍ਰਸ਼ਨ ਕੀਤਾ, ਠੀਕ ਹੈ, ਜਿਹੜੀ ਬਹੁ ਗਿਣਤੀ ਉਹ ਘੱਟ ਗਿਣਤੀ ਨੂੰ ਆਪਣੇ ਜਜ਼ਬ ਕਰਕੇ ਖਤਮ ਕਰਨਾ ਚਾਹੁੰਦੀ, ਉਹ ਹੈ ਨਹੀਂ ਭਸਮ ਕਰਨਾ ਚਾਹੁੰਦੀ ਹੈ, ਇਹਦੇ ਟਾਕਰੇ ਵਾਸਤੇ
ਵਿਸ਼ੇਸ਼ ਤੌਰ ਤੇ ਸਿੱਖ ਕੌਮ ਦੀ ਇਕੱਤਰਤਾ, ਸਮੁੱਚੇ ਤੌਰ ਤੇ ਮਾਨਵਤਾ ਦਾ ਪਿਆਰ, ਵਿਸ਼ੇਸ਼ ਤੌਰ ਤੇ ਸਿੱਖ ਜਗਤ ਦੀ ਇਕੱਤਰਤਾ, ਸਮੁੱਚੇ ਤੌਰ ਤੇ ਮਾਨਵਤਾ ਦਾ ਪਿਆਰ ਪ੍ਰਾਪਤ ਕਰਨਾ, ਇਕਤਾ ਹੈ ਤੇ ਖਤਰਾ ਹੈ ਵੀ ਦੁਨਿਆਵੀ ਪੱਖ ਤੋਂ, ਪਰ ਧਾਰਮਿਕ ਪੱਖ ਤੋਂ ਮੁੱਖ ਰੱਖ ਕੇ ਮੈਂ ਖਤਰਾ ਬਹੁਤਾ ਪ੍ਰਤੀਤ ਮਹਿਸੂਸ ਨਹੀਂ ਕਰਦਾ। ਰਾਜਨੀਤਿਕ ਪੱਖ ਤੋਂ ਹੈ, ਧਾਰਮਿਕ ਪੱਖ ਤੋਂ ਮੈਂ ਬਹੁਤਾ ਮਹਿਸੂਸ ਅਹਿਸਾਸ ਨਹੀਂ ਕਰਦਾ ਕਿ ਡਰ ਬੱਕਰੀਆਂ ਅਤੇ ਭੇਡਾਂ ਨੂੰ ਹੁੰਦਾ, ਸ਼ੇਰਾਂ ਨੂੰ ਨਹੀਂ। ਆਪਾਂ ਕਣਗੀ ਘਰ ਦੇ ਪੋਤਿਆਂ ਕਿਸੇ ਗੁੰਡ ਚਲੀ ਜਾਂਦੇ, ਸਿੱਖਾਂ ਬਾਰੇ ਤੁਹਾਡੀ ਕੀ ਰਾਏ ਹੈ? ਕੀ ਉਹ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਖੁਸ਼ ਕਰਨ ਲਈ ਅਕਾਲੀ ਲੀਡਰਸ਼ਿਪ ਤੇ ਤੁਹਾਡੇ ਵਿਰੁੱਧ ਬਿਆਨ ਦੇ ਰਹੇ ਹਨ? ਉਹਨਾਂ ਦੀ ਸੋਚ ਵੱਖਰੀ ਹੈ ਜਾਂ ਉਹ ਨਿੱਜੀ ਸਵਾਰਥੀ ਨੇ? ਕਾਂਗਰਸ ਜਿਹੜੇ ਤਾਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਸੱਚਾਈ ਦੇ ਤੌਰ ਤੇ, ਮੈਂ ਉਹਨਾਂ ਦਾ ਸਤਿਕਾਰ ਵੀ ਕਰਦਾ ਤੇ ਜਿਹੜੇ ਸਿੱਖ ਇੰਦਰਾ ਦੀਆਂ ਚਪਲੀਆਂ ਝਾੜਨ ਦੇ ਸ਼ੌਕੀਨ ਹੈ ਉਹਨਾਂ ਨੂੰ ਮੈਂ ਸਿੱਖ ਨਹੀਂ ਸਮਝਦਾ, ਬਟਰੂਪੀ ਸਮਝਦਾ। ਹਾਂ, ਇੱਕ ਗੱਲ ਨਿਸ਼ਚੇ ਨਾਲ ਕਹਿ ਦਿੰਦਾ ਕਿ ਮੰਤਰੀ ਮੰਡਲ ਵਿੱਚ ਜੋ ਹੈ, ਜਨਤਾ ਵਿੱਚ ਕਾਂਗਰਸ ਹੀ ਨਹੀਂ, ਜਿਹੜੇ ਮੰਤਰੀ ਮੰਡਲ ਵਿੱਚ ਹੈ ਉਹਨਾਂ ਨੂੰ ਮੈਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੀ ਨਹੀਂ ਮੰਨਦਾ, ਸਿੱਖ ਉਹਨਾਂ ਨੂੰ ਇੰਦਰਾ ਦੇ ਮੰਨਦਾ। ਜਿਹਦਾ ਤੂੰ ਨਾ ਬਹੁਤਾ ਬੋਲਿਆ ਘਰੇ ਹਟ ਜਾਣਗੇ, ਜਿਹਦਾ ਮੈਂ ਸਬੂਤ ਦੇਣਾ ਚਾਹੁੰਦਾ, ਲਾਲਾ ਜਗਤ ਨਾਰਾਇਣ ਦੀ ਮੌਤ ਹੋਈ, ਮੈਥੋਂ ਬਿਨਾਂ ਅਕਾਲੀ ਮੰਡਲ ਨੇ ਵੀ, ਕਾਂਗਰਸੀ ਮੰਡਲ ਨੇ, ਸਾਰੇ ਨੇ ਅਫਸੋਸ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਨੂੰ ਅੱਗ ਲੱਗ ਗਈ, ਲਾ ਦਿੱਤੀ ਗਈ ਰਾਜ ਵਾਲਿਆਂ ਵੱਲੋਂ। ਹਿੰਦੁਸਤਾਨ ਦਾ ਇੱਕ ਵੀ ਕਾਂਗਰਸੀ ਬਾਂਹ ਖੜੀ ਕਰਕੇ ਕਿਹਾ ਜੀ ਨੇ ਨਿਖੇਧੀ ਕੀਤੀ ਹੈ ਸਾਰੇ ਹਿੰਦੁਸਤਾਨ ਦੀ। ਉੱਥੋਂ ਸਿੱਧ ਹੁੰਦਾ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ, ਇੰਦਰਾ ਦੀਆਂ ਚਪੜੀਆਂ ਦੇ ਸਿੱਖ। ਸਾਧੂ ਸਾਹਿਬ ਨੇ ਮੈਂ ਉੱਤੇ ਇਹੀ ਦੱਸਿਆ ਜੀ, 25 ਮਿੰਟ ਦੀ ਟੇਪ ਆ ਉਹਦੀ, ਬੜਾ ਇੱਕ ਮੈਨੂੰ ਖੈਰ ਹੋਇਆ। ਮੈਂ ਉਹਨੇ ਇਹ ਪੁੱਛਿਆ ਸੀ ਕਿ ਤੂੰ ਇੰਦਰਾ ਦਾ ਸਿੱਖ ਹੈ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ, ਅਤੇ ਐਂ ਬੈਠਾ ਜੀ ਪਹਿਲਾਂ ਉਹ ਐਂ ਬਹਿ ਗਿਆ। ਮੈਂ ਉਹਨੇ ਇਹ ਕੀ ਮੈਂ ਕਿਹਾ, ਮੈਂ ਪੁੱਛਿਆ ਤੂੰ ਇੰਦਰਾ ਦਾ ਸਿੱਖ ਹੈ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ? ਕਹਿੰਦਾ ਤੈਨੂੰ ਸ਼ੱਕ ਹੈ? ਮੈਂ ਮੈਨੂੰ ਤਾਂ ਸ਼ੱਕ ਨਹੀਂ ਜੀ, ਮੈਨੂੰ ਤਾਂ ਨਿਸ਼ਚੈ ਵੀ ਤੂੰ ਇੰਦਰਾ ਦਾ ਸਿੱਖ ਹੈ, ਤੂੰ ਦੱਸ ਕੀ ਹੈ? ਅਸੀਂ ਪੰਜ ਜਾਣੇ ਸੀ, ਸਵਰਨ ਸਿੰਘ, ਬਲਵੰਤ ਸਿੰਘ ਲੱਡੂ, ਲੱਡੂ ਸਾਹਿਬ ਕਾ ਖਜ਼ਾਨੀ ਸੀ, ਖਜ਼ਾਨਾ ਮੰਤਰੀ, ਅਤੇ ਹੁੰਦਲ ਅਤੇ ਭਾਨਸ ਦੇ ਦੋ ਪੰਜੇ ਸੀ ਅਸੀਂ। ਮੈਨੂੰ ਕਹਿਣ ਕਹਿੰਦੇ ਮੈਂ ਗੁਰੂ ਕਾ ਸਿੱਖ ਹਾਂ, ਜੇ ਮੈਂ ਤੈਨੂੰ ਕਹੀ ਜਾਣਾ ਤੂੰ ਇੰਦਰਾ ਦਾ ਸਿੱਖ ਹੈ, ਤੂੰ ਗੁਰੂ ਕਾ ਸਿੱਖ ਨਹੀਂ? ਉਹਨਾਂ ਮੈਂ ਅੱਗੇ ਸੁਣਿਆ ਸੀ ਤੁਸੀਂ ਕਰੜੇ ਬਹੁਤ, ਅੱਜ ਵੇਖ ਲਿਆ ਮੈਂ, ਚੱਲ ਚੰਗਾ। ਪਰ ਮੈਂ ਕਿਹਾ ਇੰਨਾ ਦੱਸ ਵੀ ਤੁਸੀਂ ਸੱਚ ਨੂੰ ਕਰੜਾ ਮੰਨਦੇ ਕਿ ਝੂਠ ਨੂੰ? ਜੇ ਸੱਚ ਨੂੰ ਕਰੜਾ ਮੰਨਦੇ ਹਾਂ ਪੂਰਾ ਸਪਸ਼ਟ ਹੈ, ਜੇ ਝੂਠ ਨੂੰ ਮੰਨਦੇ ਝੂਠ ਸਿੱਧ ਕਰਕੇ ਦੱਸੋ। ਤੇਰਾ ਮਿਸਾਲ ਦਿੱਤੀ ਸੀ, ਮੈਂ ਤੂੰ ਲਾਲੇ ਦੀ ਨਿਖੇਧੀ ਕੀਤੀ ਕਿ ਨਾ ਕੀਤੀ ਹੈ? ਮੈਂ ਗੁਰੂ ਗ੍ਰੰਥ ਸਾਹਿਬ ਦੇ ਸੜ ਜਾਣ ਦੀ ਨਿਖੇਧੀ ਕੀਤੀ ਆ? ਕਹਿੰਦਾ ਨਹੀਂ। ਅਤੇ ਮੈਂ ਫਿਰ ਕਿਉਂ? ਕਹਿੰਦਾ ਜੀ ਉਹਨੇ ਇੱਥੇ ਚਾਤਰਤਾ ਵਰਤੀ, ਕਹਿੰਦਾ ਇਹ ਅਣਗਹਿਲੀ ਹੈ, ਉਹ ਪੜ੍ਹਿਆ ਲਿਖਿਆ ਵਾਹਵਾ ਨਾ, ਕਹਿੰਦਾ ਅਣਗਹਿਲੀ ਹੈ। ਮੈਂ ਆਪਾਂ ਹੁਣ ਕੱਢ ਲੈਂਦੇ ਹਾਂ, ਕਹਿੰਦਾ ਅਣਗਹਿਲੀ ਹੈ, ਗਲਤੀ ਨਹੀਂ, ਮੈਂ ਹੁਣ ਸੂਰ ਕਰ ਲਿਆ, ਕਹਿੰਦਾ ਦੱਸੋ। ਮੈਂ ਕਿਹਾ ਬੈਠੇ ਪ੍ਰੈਸ ਵਾਲੇ ਬਾਹਰ,
ਤੇ ਉਹਨਾਂ ਨੂੰ ਸੱਦ ਲਿਆ ਇੱਥੇ ਤੇ ਬਿਆਨ ਦੇ ਦੇ ਵੀ ਮੇਰੇ ਤੋਂ ਗਿਲੀ ਹੋ ਗਈ ਹੈ ਤੇ ਮੈਂ ਆਪਣੇ ਇਸ ਦਾ ਹੱਕ ਲਵਾਂਗਾ। ਕਹਿੰਦਾ ਜੀ ਮਜਬੂਰੀ ਹੈ। ਮੈਂ ਕਹਿ ਇੰਦਰਾ ਦਾ ਸਿੱਖ ਐਵੇਂ ਨਹੀਂ ਜਾ ਕੇ ਉਹਨੇ ਬਾਹਰ ਸੱਚ ਲਿਖ ਦਿੱਤਾ ਸਾਰਾ ਕੁਝ। ਗਿਲੀ ਤੋਂ ਦੂਰ ਕਰ ਲਓ, ਕਿਹੜਾ ਜੋਰ ਲੱਗਣਾ। ਅਕਾਲੀ ਦਲ ਹਮੇਸ਼ਾ ਮੰਗ ਕਰਦਾ ਰਾਸ਼ਟਰਪਤੀ ਸਿੱਖ ਬਣਾਓ, ਸਿੱਖਾਂ ਨੂੰ ਵਜ਼ੀਰੀਆਂ ਦਿਓ, ਰਾਜ ਭਾਗ ਵਿੱਚ ਹਿੱਸਾ ਦਿਓ, ਸਭ ਤਾਂ ਅਸੀਂ ਹਿੱਸਾ ਮੰਗਦੇ ਹਾਂ। ਕੀ ਸਰਕਾਰ ਵਿੱਚ ਕੋਈ ਸਿੱਖਾਂ ਨੂੰ ਉੱਚ ਪਦਵੀਆਂ ਦੇਣ ਨਾਲ ਸਿੱਖ ਕੌਮ ਨੂੰ ਪ੍ਰਤੀਨਿਧਤਾ ਮਿਲ ਜਾਂਦੀ ਹੈ? ਕੀ ਇਸ ਨਾਲ ਸਿੱਖਾਂ ਦਾ ਕੋਈ ਮਸਲਾ ਹੱਲ ਹੁੰਦਾ? ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਅਤੇ ਉਸੇ ਆਸ਼ੇ 'ਤੇ ਚੱਲਣ ਵਾਲਾ ਹੋਵੇ ਤਾਂ ਫਿਰ ਹੋ ਸਕਦਾ। ਜਿਹੜਾ ਗੁਰੂ ਦਾ ਬਹਾਨਾ ਬਣਾ ਕੇ ਅਤੇ ਕੁਰਸੀ ਦਾ ਮਾਲਕ ਬਣ ਕੇ ਅਤੇ ਮੁੜ ਕੇ ਜਨਾਨੀਆਂ ਚੱਪਲਾਂ ਝਾੜਨ ਦਾ ਸ਼ੌਕੀਨ ਹੋ ਜਾਵੇ, ਉਹਦੇ ਤੋਂ ਕੋਈ ਲਾਭ ਨਹੀਂ ਸੀ। ਦੂਜੀ ਇਤਿਹਾਸਕ ਮਿਸਾਲ ਹੈ, ਜੇ ਜਹਾਂਗੀਰ ਦੇ ਟਾਈਮ ਵਿੱਚ ਗਿਆਨੀ ਜੈਰ ਸਿੰਘ ਨਾਲੋਂ 10 ਗੁਣਾ ਤਾਕਤ ਰੱਖਣ ਵਾਲਾ ਦੀਵਾਨ ਚੰਦ ਸਿੰਧੂ ਉਹਦੇ ਟਾਈਮ ਵਿੱਚ ਕਿੰਨੇ ਕਿੰਨੇ ਹਜ਼ਾਰ ਗਈਆਂ ਹਿੰਦੂਆਂ ਦੀਆਂ ਛੜਾ ਕੇ ਪੱਗ ਵਾਲੇ ਲਿਆਏ ਨਾ। ਫਿਰ ਹਿੰਦੂ ਕਿਉਂ ਪਿੱਟੀ ਜਾਂਦੇ ਆ ਕਿ ਮੁਸਲਮਾਨਾਂ ਨੇ ਸਾਡੀ ਇੱਜ਼ਤ ਲੁੱਟ ਲਈ? ਗਿਆਨੀ ਜੈਰ ਸਿੰਘ ਵਾਲੇ ਥਾਂ ਤੇ ਸੀ ਉਹ, ਹੁਣ ਛੜਾ ਲੈਣੀਆਂ ਚਾਹੀਦੀਆਂ। ਫਿਰ ਕਿਉਂ ਮੁਸਲਮਾਨਾਂ ਨੂੰ ਗਾਲਾਂ ਕੱਢਦੇ ਆ? ਜੇ ਇੱਕ ਬੰਦੇ ਨੂੰ ਦੁਨੀਆਂ ਵਿੱਚੋਂ ਖਰੀਦ ਕੇ ਪਦਵੀ ਦੇ ਕੇ ਬਾਕੀ ਦਿੰਦੇ ਇੱਜ਼ਤ ਲੁੱਟੀ ਜਾਣੀ ਬਹਾਨਾ ਬਣਾ ਕੇ, ਉਹਦੇ ਨਾਲ ਕੌਮ ਤਾਂ ਸੰਤੁਸ਼ਟ ਨਹੀਂ ਹੋ ਸਕਦੀ। ਤੇ ਮਿਸਾਲ ਇੱਕੋ ਦਿੱਤੀ ਹੈ, ਵੈਸੇ ਤਾਂ ਹੋਰ ਬਥੇਰੀਆਂ ਹੋਣਗੀਆਂ। ਸਿੱਖ ਇੱਕ ਵੱਖਰੀ ਕੌਮ ਹੈ, ਚਰਚਾ ਹੈ, ਤੁਸੀਂ ਇਸ ਬਾਰੇ ਕੀ ਕਹਿਣਾ? ਨਿਸ਼ਚੇ ਵਾਚ ਕੇ ਲਿਖ ਲੈ ਰਹੇ ਤੇ ਸਮਾਨ ਸਿੱਖ ਪਹਿਲਾਂ ਕਿਹੜੇ ਪੱਖ ਤੋਂ ਦੱਸਾਂ? ਰਾਜਨੀਤੀ ਤੋਂ ਦੱਸਣਾ, ਧਰਮ ਤੋਂ ਫਿਰ ਦੱਸ ਦੂੰਗਾ, ਪਰ ਪਹਿਲਾਂ ਮੈਨੂੰ ਧਰਮ ਤੋਂ ਦੱਸਣੀ ਚਾਹੀਦੀ ਕਿਉਂਕਿ ਮੈਂ ਧਰਮੀ ਹਾਂ। ਧਾਰਮਿਕ ਪੱਖ ਤੋਂ ਭਾਈ ਗੁਰਦਾਸ ਜੀ ਦੀ ਰਚਨਾ ਦੁਆਰਾ ਸਿੱਖ ਵੱਖਰੀ ਕੌਮ ਹੈ। ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸੋ ਆਪਣਾ ਪੰਥ ਨਿਰਾਲਾ, ਮਾਰਿਆ ਸਿੱਕਾ ਜਗਤ ਚ ਨਾਨਕ ਨਿਰਮਲ ਪੰਥ ਚਲਾਇਆ। ਸ਼ਬਦ ਜਿੱਤੀ ਸਿੱਧ ਮੰਡਲੀ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਕੀਤੋ ਆਪਣਾ ਪੰਥ ਨਿਰਾਲਾ ਹੋ ਗਿਆ। ਦਸਵੇਂ ਪਾਤਸ਼ਾਹ ਤੋਂ ਲਿਖ ਲਓ, ਜਬਲਾ ਖਾਲਸਾ ਰਹੇ ਨਿਆਰਾ, ਤਬਲਾ ਤੇਜ ਦਿਓ ਮੈਂ ਸਾਰਾ, ਜਾਵੇ ਗਹਿ ਬਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਕ। ਸਿੰਘ ਹੈ ਇਸ ਵਾਸਤੇ ਵੀ ਸਿੱਖ ਵੱਖਰੀ ਕੌਮ ਹੈ। ਬਾਕੀ ਸਿੱਖ ਮੁੱਢ ਹੈ, ਬਾਕੀ ਟਹਿਣੇ ਟਹਿਣੀਆਂ ਪਤਰਿਆਦਕ। 33 ਕਰੋੜ ਦੇਵਤਾ, 9 ਕਰੋੜ ਦੇਵੀ, 1.25 ਲੱਖ ਪੈਗੰਬਰ, 64 ਯੋਗਨੀਆਂ, 52 ਬੀਰ, 84 ਸਿੱਧ, 6 ਜਤੀ, 9 ਨਾਥ, 10 ਗੁਰੂ, ਇੱਕ ਵੀ ਬਿਨਾਂ ਕੇਸਾਂ ਤੋਂ ਨਹੀਂ। ਅਤੇ ਸਿੱਖ ਦੀ ਨਿਸ਼ਾਨੀ ਹੈ ਮੁੱਢਲੀ ਕੇਸ ਦੌੜਾ। ਕੇਸ ਦੌੜਾ ਪੱਗ ਹੋਵੇ ਸਰਦਾਰ ਕਹਿਣਗੇ, ਟੋਪੀ ਧੋਤੀ ਜਨੇਊ ਅਤੇ ਤਿਲਕ ਹੋਵੇ ਹਿੰਦੂ ਕਹਿਣਗੇ, ਸੁੰਨਤ ਕੀਤੀ ਹੋਵੇ ਬਾਂਗਾਂ ਦੇ ਨਾਲ ਅਤੇ ਮੁਸਲਮਾਨ ਕਹਿਣਗੇ। ਦੁਨੀਆਂ ਵਿੱਚ ਬਿਨਾਂ ਸਿੱਖ ਤੋਂ ਮੈਨੂੰ ਜਨਮ ਲੈਂਦਾ ਵਿਖਾ ਦਿਓ ਕੋਈ।
ਜਨਮ ਸਿੱਖ ਲੈਂਦਾ ਮੁੜ ਕੇ ਮੁੰਨ ਕੇ ਬਣਾਈ ਦੇ ਆ। ਕੈਂਚੀ ਨਾਲ ਕੇਸ ਨਾ ਕੱਟੋ, ਬੋਧੀ ਨਾ ਬਣਾਓ ਤੇ ਸਿੱਖ। ਕੈਂਚੀ ਨਾਲ ਸੁਨਤ ਨਾ ਕਰੋ, ਲਵਾ ਨਾ ਕੱਟੋ ਤੇ ਤਾਂ ਵੀ ਸਿੱਖ। ਜਿਹੜੀ ਨਿਰਵੈਰ ਸ਼ਕਤੀ ਜਿਹਨੂੰ ਅੱਲਾਹ, ਖੁਦਾ, ਅਕਾਲ, ਵਾਹਿਗੁਰੂ, ਮਿਹਰਬਾਨ, ਕਰੀਮ, ਰਹੀਮ ਇਹ ਅੱਖਰ ਵਰਤੀਦੇ ਆ, ਰਾਮ ਕ੍ਰਿਸ਼ਨ ਵਰਤੀਦਾ, ਉਹ ਨਿਰਵੈਰ ਸ਼ਕਤੀ ਇੱਕ ਹੈ ਨਾ। ਇੱਕ ਨਿਰਵੈਰ ਸ਼ਕਤੀ ਨੇ ਕੁੱਲ ਨੂੰ ਸਿੱਖੀ ਸਰੂਪ ਵਿੱਚ ਪ੍ਰਗਟ ਕੀਤਾ ਤੇ ਸਿੱਖ ਵੱਖਰੀ ਕੌਮ ਨਾ ਨਾਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਗਾ। ਇਸ ਵਾਸਤੇ ਸਿੱਖ ਵੱਖਰੀ ਕੌਮ ਆ। ਇਹ ਹੁਣ ਤਾਂ ਕੰਨ ਜਿਹਾ ਥੋੜ੍ਹਾ ਜਿਹਾ ਲਾਉਂਦਾ, ਗੱਲ ਕਿਤੇ ਬੈਠ ਕੇ ਸਭਾ 'ਚ ਕੀਤੀ ਹੋਈ ਨਾ, ਫਿਰ ਪਤਾ ਲੱਗਣਾ ਦੀ ਕੀਮਤ ਕੀ ਆ। ਵੱਡੇ ਤੋਂ ਵੱਡੇ ਫਿਲਾਸਫਰ ਕੋਲ ਕਹਿ ਰਹੇ ਜਿਹੜਾ ਮੁੰਡਾ ਤਾਂ ਉਹਨਾਂ ਨਹੀਂ ਰੱਖਦਾ, ਕੀ ਕਹੀਦਾ? ਕੋਈ ਨਾ ਕੋਈ ਕਿਸੇ ਦੇਵਤੇ ਗੁਰੂ ਪੀਰ ਦਾ ਤਾਂ ਹੈ ਨਾ, ਚਾਹੇ ਕਿਸੇ ਸੁਭਾਅ ਦਾ ਹੈ। ਕੋਈ ਐਸਾ ਦੇਵਤਾ ਪੀਰ ਨਹੀਂ ਗਾ ਜਿਹਦੇ ਕੇਸ ਕੱਟੇ ਦੀ ਦਾੜੀ ਮੁੰਨੀ ਹੈ। ਜਿਹੜਾ ਆਪਦੇ ਪਿਓ ਨੂੰ ਨਹੀਂ ਮੰਨਦਾ ਤਾਂ ਦੂਜਿਆਂ ਨਾਲ ਕੀ ਸਵਾਰ ਦੂ? ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਇਸ਼ਟ ਕਰਕੇ ਸਿੱਖ ਵੱਖਰੀ ਕੌਮ ਹੈ, ਇਹ ਲਿਖਣ ਵਾਲੀਆਂ ਗੱਲਾਂ ਹੁਣ ਤੇਰੇ ਯਾਦ ਨਹੀਂ ਰਹਿਣੀਆਂ ਮੁੜ ਕੇ। ਇਸ਼ਟ ਕਰਕੇ ਗੀਤਾ ਦੇ 18 ਇਤਿਹਾਸ, ਪੁਰਾਣ ਦੇ 30 ਸਪਾਰੇ ਹੈ। 30 ਸਪਾਰਿਆਂ ਵਿੱਚ ਹਿੰਦੂ ਨੂੰ ਥਾਂ ਨਹੀਂ ਅਤੇ 18 ਇਤਿਹਾਸ ਵਿੱਚ ਮੁਸਲਮਾਨ ਨੂੰ ਕੋਈ ਥਾਂ ਨਹੀਂ। ਸਤਿਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਸਲਮਾਨ ਫਰੀਦ ਜੀ ਬੈਠੇ ਹੈ, ਜਲਾਹਾ ਕਬੀਰ ਜੀ ਬੈਠੇ ਆ, ਨਾਮਦੇਵ ਸ਼ਿੰਬਾ ਬੈਠੇ ਆ, ਜੈਦੇਵ ਬ੍ਰਾਹਮਣ ਬੈਠੇ ਹੈ, ਸੈਨ ਨਾਈ ਬੈਠੇ ਆ, ਧੰਨਾ ਜੱਟ ਬੈਠਾ, ਪੀਪਾ ਰਾਜਾ ਬੈਠਾ, ਅਤੇ ਵੇਸ ਵਾਲਾ ਪੇਸ਼ਾ ਪਿਆ ਕੇ ਗਣਕਾ ਵੀ ਬੈਠੇ ਆ, ਕਸਾਈ ਪੁਣੇ ਦਾ ਪਿਆ ਕਰਕੇ ਸਭਨਾ ਵੀ ਵਿੱਚ ਬੈਠਾ ਹੈ। ਹਾਂਜੀ, ਹਰੀਜਨ ਵਿੱਚ ਵਾਲਮੀਕਿ ਵਿੱਚ ਬੈਠਾ, ਇੱਥੇ ਕਿਹੜਾ ਜੀ ਨੂੰ ਥਾਂ ਨਹੀਂ ਦਿੱਤਾ। ਇਸੇ ਵਾਸਤੇ ਕਹਿ ਕਬੀਰ ਜੇ ਦਰ ਆਫਤ ਜਾਤਿਓਂ ਹਟ ਕੇ ਨਾ ਹੀ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਇਸ ਕਰਕੇ ਜੀ ਬਾਕੀ ਜਿਤਨੀ ਰਚਨਾ ਰਚੀ ਹੈ ਅਸੀਂ ਸਭ ਦਾ ਸਤਿਕਾਰ ਕਰਦੇ ਹਾਂ। ਰਮਾਇਣ ਰਾਮ ਚੰਦਰ ਦੇ 10,000 ਅਵਤਾਰ, 10,000 ਵਰਾ ਅਵਤਾਰ ਧੰਨ ਤੋਂ ਪਹਿਲਾਂ ਰਚੀ, ਤੇ ਕੁਰਾਨ ਮੁਹੰਮਦ ਦੇ ਪ੍ਰਲੋਕ ਗਮਨ ਤੋਂ 400 ਸਾਲ ਪਿੱਛੋਂ ਲਿਖੀ। ਇੱਕ ਚਿੱਠੀ ਤੁਸੀਂ ਲਿਖਾਉਂਦੇ ਆ ਤੇ ਸੰਤੋਖ ਲਿਖਦਾ, ਤੇ ਇੱਕ ਤੁਸੀਂ ਬੋਲ ਕੇ ਚਲੇ ਜਾਂਦੇ ਤੇ ਮੈਂ ਪਿੱਛੋਂ ਲਿਖਦਾ, ਤੇ ਇੱਕ ਤੁਸੀਂ ਦਿੱਲੀਓਂ ਆਏ ਤੁਹਾਡੇ ਆਉਣ ਤੋਂ ਪਹਿਲਾਂ ਤੁਹਾਡੇ ਨਾਂ ਤੇ ਲਿਖੀ ਗਈ ਹੈ, ਸਹੀ ਚਿੱਠੀ ਕਿਹੜੀ ਹੋਊਗੀ? ਜਿਹੜੀ ਤੁਸੀਂ ਹੁਣ ਲਿਖਵਾਈ ਉਹ ਕਿ ਜਿਹੜੀ ਪਿੱਛੋਂ ਤੇ ਜਾਂ ਪਹਿਲਾਂ ਸੀ? ਉਹ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਦੁਨੀਆਂ ਵਿੱਚ, ਜਿਹੜੀ ਗੁਰੂ ਨੇ ਆਪ ਕੰਠੋਂ ਉਚਾਰੀ, ਆਪ ਲਿਖਵਾਈ ਤੇ ਫਿਰ ਆਪ ਸੁਣੀ ਕੋਲ ਬੈਠ ਕੇ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਦੁਨੀਆਂ ਦਾ ਚੱਕਰ ਕੱਟ ਲਓ, ਮਸੀਤ, ਗਿਰਜਾ, ਮੰਦਰ, ਕਿਸੇ ਥਾਂ ਤੇ ਤੁਹਾਨੂੰ ਲੰਗਰ ਨਹੀਂ ਮਿਲੇਗਾ। ਲੰਗਰ ਮਿਲੇਗਾ ਤੇ ਇੱਕ ਗੁਰੂ ਦੇ ਦਰ ਤੋਂ ਮਿਲੇਗਾ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਹੈਂਜੀ, ਹਿੰਦੂ ਦੇ ਘਰ ਵਾਲੀ ਜਨੇਊ ਨਹੀਂ ਪਾ ਸਕਦੀ, ਟੋਪੀ ਨਹੀਂ ਰੱਖ ਸਕਦੀ, ਚੋਟੀ ਨਹੀਂ ਰੱਖ ਸਕਦੀ ਜੀ। ਮੁਸਲਮਾਨ ਦੇ ਘਰ ਵਾਲੀ ਮੱਕੇ ਦੀ ਜ਼ਿਆਰਤ ਨਹੀਂ ਕਰ ਸਕਦੀ ਗੀ, ਮਸੀਤ ਵਿੱਚ ਨਮਾਜ਼ ਨਹੀਂ ਪੜ੍ਹ ਸਕਦੀ, ਜੇ ਪੜ੍ਹ ਸਕਦੀ ਹੈ ਤੇ ਸਨ 'ਚ ਪਰਦਾ ਪਾ ਕੇ ਪੜ੍ਹ ਸਕਦੀ ਹੈ, ਸਾਹਮਣੇ ਨਹੀਂ ਪੜ੍ਹ ਸਕਦੀ। ਤੇ ਤੁਹਾਡੇ ਕੋਲ ਦੋ ਬੱਚੇ ਪੜ੍ਹਨ ਆਉਂਦੇ ਆ, ਇੱਕ ਇੱਥੇ ਬੈਠ ਕੇ ਪੜ੍ਹਦਾ, ਇੱਕ ਨੂੰ ਕਹਿੰਦੇ ਉੱਥੇ ਨੀਚੇ ਰਹੇ ਤੇ ਸਾਡੇ ਮੱਥੇ ਨਾਲ ਲੱਗੀ, ਥੱਲੇ ਰਹੋ। ਮੁੰਡਾ ਇਮਤਿਹਾਨ ਵਿੱਚ ਪਾਸ ਕਿਹੜਾ ਹੋਵੇਗਾ, ਜਿਹੜਾ ਤੁਹਾਡੇ ਕੋਲ ਬੈਠ ਕੇ ਪੜ੍ਹਦਾ ਹੋ ਕਿ ਜਿਹਨੂੰ ਤੁਸੀਂ ਮੱਥੇ ਨਹੀਂ ਲਿਆ? ਉਹ ਇੱਧਰ ਵੀ ਦੱਸ ਕਿਹੜਾ ਪਾਸ ਜਿਹੜਾ ਕੋਲ ਬੈਠ ਕੇ ਪੜ੍ਹਦਾ ਹੋਵੇ ਨਾ। ਤੇ ਜਿਹੜੇ ਧਰਮ ਵਿੱਚ ਇਹ ਆ ਕਿ ਜਨਾਨੀ ਸਾਡੇ ਮੱਥੇ ਨਹੀਂ ਲੱਗ ਸਕਦੀ, ਮੇਰੀ ਪੂਜਾ ਨਹੀਂ ਕਰ ਸਕਦੀ, ਉਹਨੂੰ ਤੇ ਹਸਤ ਨੂੰ ਕੌਣ ਭੇਜੂ? ਮਰਦ ਤਾਂ ਪੁੱਜ ਗਿਆ। ਇੱਕ ਗੁਰੂ ਕਾ ਦਾਰਾ ਜਿਹਦੇ ਵਿੱਚ ਲਿਖਿਆ, ਨਰ ਮਨੁੱਖਾਂ ਨੂੰ ਏਕ ਨਿਧਾਨਾ, ਗੁਰਬਾਣੀ ਦੀ ਪੰਕਤੀ ਹੈ, ਨਰ ਮਨੁੱਖਾਂ ਨੂੰ ਏਕ ਨਿਧਾਨਾ, ਸਾਂਝਾ ਖਜ਼ਾਨਾ ਦਿੱਤਾ, ਜੇ ਅੰਮ੍ਰਿਤ ਪੀਣਾ ਤੇ ਜਿੱਥੇ ਅੰਮ੍ਰਿਤ ਪਿਆਉਣ ਲੱਗਾ ਮੈਨੂੰ ਕਹਿਣਾ ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ, ਘਰ ਵਾਲੇ ਨੂੰ ਇਹੀ ਕਹਿਣਾ।
ਉੱਥੇ ਨਹੀਂ ਕਹਿੰਦਾ ਬੋਲ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਹੈ ਨਹੀਂ ਉੱਥੇ, ਫਤਿਹ ਹੀ ਹੈ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ, ਇਹ ਤਾਂ ਧਾਰਮਿਕ ਪੱਖ ਤੋਂ ਸੂਖਮੀ ਤੁਹਾਨੂੰ ਦੱਸਿਆ। ਰਾਜਨੀਤੀ ਪੱਖ ਤੋਂ 1947 10 ਅਕਤੂਬਰ ਨੂੰ ਪਟੇਲ ਦੀ ਸਪੀਚ ਹੈ, ਉਹਨੇ ਕਿਹਾ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ। ਜਰਾਇਮ ਪੇਸ਼ਾ ਭਾਵੇਂ ਬਹੁਤ ਨੀਵਾਂ ਅੱਖਰ ਹੈ, ਪਰ ਜੇ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਅੱਗੇ ਲਿਖਿਆ, ਮੰਨੇ ਤਾਂ ਹੈ ਨਾ, ਚਲੋ ਜਰਾਇਮ ਪੇਸ਼ਾ ਹੀ ਮੰਨੇ ਹੈ, ਅਤੇ ਜੇ ਸਿੱਖ ਜਰਾਇਮ ਪੇਸ਼ਾ ਕੌਮ ਹੈ ਤਾਂ ਮੰਨੋ ਵੱਖਰੀ ਕੌਮ ਹੈ, ਜੇ ਸਿੱਖ ਹਿੰਦੂਆਂ ਦਾ ਕੰਗ ਹੈ ਤਾਂ ਵੱਖਰੇ ਨਹੀਂ, ਅਤੇ ਲਿਖੋ ਹਿੰਦੂ ਜਰਾਇਮ ਪੇਸ਼ਾ ਕੌਮ ਹੈ। ਜਾਂ ਤਾਂ ਹਿੰਦੂ ਜਰਾਇਮ ਪੇਸ਼ਾ ਕੌਮ ਲਿਖੋ ਜੇ ਹਿੰਦੂਆਂ ਦਾ ਕੰਗ ਸਿੱਖ, ਅਤੇ ਜੇ ਅੰਗ ਨਹੀਂ ਤਾਂ ਵੱਖਰੇ ਆ, ਸਿੱਖ ਜਰਾਇਮ ਪੇਸ਼ਾ ਕੌਮ ਹੈ ਤਾਂ ਲਿਖੋ ਵੱਖਰੇ ਹੈ। ਹਰ ਅਖਬਾਰ ਇਸ਼ਤਿਹਾਰ ਵਿੱਚ ਆਉਂਦਾ ਸਿੱਖ ਅੱਤਵਾਦੀ, ਕਦੇ ਲਿਖਿਆ ਪੜਿਆ ਹਿੰਦੂ ਅੱਤਵਾਦੀ? ਸਾਰੀ ਦੁਨੀਆਂ ਦੇ ਅਖਬਾਰ 'ਚ ਵਿਖਾਓ, ਅਤੇ ਜੇ ਹਿੰਦੂ ਸਿੱਖ ਅੱਤਵਾਦੀ ਹੈ, ਜੇ ਸਿੱਖ ਅੱਤਵਾਦੀ ਹੈ ਤਾਂ ਲਿਖੋ ਸਿੱਖ ਵੱਖਰੀ ਕੌਮ ਹੈ, ਅਤੇ ਜੇ ਸਿੱਖ ਹਿੰਦੂਆਂ ਦਾ ਕੰਗ ਹੈ ਤਾਂ ਲਿਖੋ ਹਿੰਦੂ ਅੱਤਵਾਦੀ ਹੈ। ਹਾਂਜੀ, ਤੈਨ ਦੁਲਕਰ ਲਿਖਣ ਵਾਲਾ, ਤੈਨ ਦੁਲਕਰ 20 ਭਾਗਾਂ ਵਿੱਚ ਅੰਗਰੇਜ਼ੀ ਦੀ ਕਿਤਾਬ ਛਾਪੀ ਹੈ, ਉਹਦੇ 7ਵੇਂ ਭਾਗ ਵਿੱਚ 374 ਅੰਗ 'ਤੇ ਮਹਾਤਮਾ ਗਾਂਧੀ ਦਾ ਬਿਆਨ ਪੜ੍ਹ ਲਿਓ, ਜਿਹਨੇ ਲਿਖਿਆ ਕਿ ਹਮ ਹਿੰਦੁਸਤਾਨ ਨੇ ਤੀਨ ਕੌਮਾਂ ਕੋ ਮਾਨਤਾ ਦੇਤੇ ਹੋ, ਹਿੰਦੂ ਮੁਸਲਿਮ ਔਰ ਸਿੱਖ, ਇਹ ਉਹਨੇ ਲਿਖਿਆ। ਅਤੇ ਸਟਰਗਲ ਸ਼ਾਇਦ ਉਹਦਾ ਨਾਂ ਕਿਤਾਬ ਦਾ, ਇੰਡੀਅਨ ਸਟਰਗਲ ਵੱਜਦੀ ਆ, ਉਹ ਸਟਰਗਲ ਸਾਨੂੰ ਕੀ ਨਾਂ ਵਿਸਰ ਗਿਆ, ਸਟਰਗਲ, ਉਹਦੇ 309 ਅੰਗ 'ਤੇ ਸੁਭਾਸ਼ ਚੰਦਰ ਬੋਸ ਦੀ ਲਿਖੀ ਹੈ, ਉਹਦੇ 'ਚ ਲਿਖਿਆ ਗਿਆ ਮਹਾਤਮਾ ਗਾਂਧੀ ਬਾਰੇ ਵੀ ਅਤੇ ਹੋਰਨਾਂ ਲੀਡਰਾਂ ਬਾਰੇ ਵੀ, ਸਿੱਖ ਇੱਕ ਕੌਮ ਹੈ ਹਿੰਦੁਸਤਾਨ ਵਿੱਚ, ਹੈ ਜੀ, ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਅੰਗਰੇਜ਼ਾਂ ਦੇ ਟਾਈਮ 'ਚ ਸਿੱਖ ਸਿੱਖ ਨੂੰ ਵੋਟ ਪਾਉਂਦਾ ਸੀ, ਹਿੰਦੂ ਹਿੰਦੂ ਨੂੰ ਪਾਉਂਦਾ ਸੀ, ਮੁਸਲਮਾਨ ਮੁਸਲਮਾਨ ਨੂੰ ਪਾਉਂਦਾ ਸੀ, ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਤਿਰੰਗਾ ਝੰਡਾ ਤਿੰਨਾਂ ਕੌਮਾਂ ਦੀ ਥਿਉਰੀ 'ਤੇ ਬਣਿਆ, ਅਤੇ ਜਦੋਂ ਝੰਡਾ ਮਾਰਚ ਹੋਣਾ ਸੀ ਜਿਸ ਵੇਲੇ, ਅਤੇ ਅੱਗੇ ਮਸ਼ੀਨ ਗਨਾਂ ਬੀੜੀਆਂ ਗਈਆਂ ਸੀ, ਤਾਂ ਉਸ ਵੇਲੇ ਪਟੇਲ, ਮੋਤੀ ਲਾਲ ਅਤੇ ਮਹਾਤਮਾ ਗਾਂਧੀ ਇਹਨਾਂ ਨੇ ਕਿਹਾ ਵੀ ਹੁਣ ਅੱਗੇ ਮਸ਼ੀਨ ਗਨਾਂ ਬੀੜੀਆਂ ਅਤੇ ਝੰਡਾ ਮਾਰਚ ਕਰਨਾ, ਅੱਗੇ ਕਿਹਨੂੰ ਲਾਈਏ? ਕਹਿੰਦੇ ਜੀ ਸਿੱਖ ਸਾਰਿਆਂ ਤੋਂ ਬਹਾਦਰ ਹੈ, ਬਾਬਾ ਖੜਕ ਸਿੰਘ ਜੀ ਨਾਲ ਸੀ, ਉਹ ਆਪਣੇ ਵੱਲੋਂ ਸੀ ਨਾ ਉਸ ਵੇਲੇ ਪ੍ਰਧਾਨ ਜਾਂਦੇ ਸਰਦਾਰ, ਤਾਂ ਉਹਨਾਂ ਨੂੰ ਕਿਹਾ ਜੀ ਤੁਸੀਂ ਅੱਗੇ ਲੱਗੋ, ਉਹ ਕਹਿੰਦੇ ਬੈਠੋ ਆਪਾਂ ਇੱਕ ਵਾਰ ਇਨਸਾਫ ਕਰ ਲਈਏ, ਵੀ ਆਹ ਜਿਹੜਾ ਝੰਡਾ ਇਹ ਝੰਡੇ ਦੇ ਥੱਲੇ ਰਹਿਣ ਵਾਸਤੇ ਆਪਾਂ ਹਿੰਦੁਸਤਾਨੀਆਂ ਨੇ ਪ੍ਰਣ ਕੀਤਾ, ਉੱਪਰ ਜਿਹਦਾ ਰੰਗ ਉਹ ਅੱਗੇ ਲੱਗ ਜਾਓ, ਜਿਹਦਾ ਵਿਚਾਲੇ ਰੰਗ ਉਹ ਵਿਚਾਲੇ ਲੱਗ ਜਾਓ, ਥੱਲੇ ਰੰਗ ਉਹ ਪਿੱਛੇ ਲੱਗ ਜਾਓ, ਚਿੱਟਾ ਰੰਗ ਉਮਰ ਉੱਪਰ ਸੀ, ਚਿੱਟੇ ਨੂੰ ਬਹੁਤ ਪਸੰਦ ਕਰਦੇ ਨਾ, ਉਹ ਅੱਗੇ ਲੱਗੋ, ਹੈਜਰੀ ਰੰਗ ਵਿਚਾਲੇ ਸੀ ਮੁਸਲਮਾਨ, ਉਹ ਵਿਚਾਲੇ ਲੱਗੋ, ਅਤੇ ਖੱਟਾ ਰੰਗ ਥੱਲੇ ਸੀ। ਉਸ ਵੇਲੇ ਮਹਾਤਮਾ ਗਾਂਧੀ ਨੇ ਅਤੇ ਮੋਤੀ ਲਾਲ ਨੇ ਕਿਹਾ ਜੀ ਇਹਦਾ ਕੀ ਝੰਡਾ ਤਾਂ ਕਿਉਂ ਕਰ ਦਿੰਦੇ ਹਾਂ, ਅਤੇ ਰੰਗ ਬਦਲ, ਇਹ ਹੱਸਣ ਵਾਲੀ ਗੱਲ ਨਹੀਂ, ਅਣਖ ਦੀ ਗੱਲ ਹੈ ਸਿੰਘੋ, ਹੱਸਣ ਵਾਲੀ ਕੱਲੀ ਗੱਲ ਨਹੀਂ ਹੈ, ਬੜੀ ਅਣਖ ਦੀ ਹੈ। ਅਤੇ ਉਹ ਝੰਡੇ ਦਾ ਰੰਗ ਜਿਹੜਾ ਕੇਸਰੀ ਸੀ ਉੱਪਰ ਕੀਤਾ, ਅਤੇ ਬਾਬਾ ਖੜਕ ਸਿੰਘ ਨੇ ਧੌਣ 'ਤੇ ਗੋਡਾ ਰੱਖਿਆ ਉੱਪਰ ਰੰਗ ਪੁਰਾ ਕੇ, ਅਤੇ ਸਿੱਖ ਵੱਖਰੀ ਕੌਮ ਕਿਵੇਂ ਨਹੀਂ, ਉਹਦਾ ਫਿਰ ਇਹ ਮੋਤੀ ਲਾਲ 'ਤੇ ਲੱਗ ਜਾਂਦੇ ਅੱਗੇ। ਇਸ ਵਾਸਤੇ ਵੀ ਸਿੱਖ ਸਰਦਾਰ ਬਹਾਦਰ ਜੀ ਵੱਖਰੀ ਕੌਮ ਹੈ, ਹੈ ਜੀ। ਬਾਕੀ ਦੁਨੀਆਂ ਦੀ ਹਿਸਟਰੀ ਪੜ੍ਹ ਲਓ, ਦੁਨੀਆਂ ਦੇ ਵਿੱਚ ਐਸਾ ਮਨੁੱਖ ਤੁਹਾਨੂੰ ਕੋਈ ਨਹੀਂ ਮਿਲੇਗਾ ਜਿਹੜਾ 80 ਸਾਲ ਦੀ ਉਮਰ 'ਚ ਸਿਰ ਵੱਡੇ ਤੋਂ ਸੀਸ ਤਲੀ 'ਤੇ ਰੱਖ ਕੇ ਤੁਰਿਆ ਹੋਵੇ ਅਤੇ ਕੇਵਲ ਸਿੱਖ ਤੁਰਿਆ, ਇਸ ਵਾਸਤੇ ਵੱਖਰੀ ਕੌਮ ਹੈ, ਹੈਂਜੀ। ਅਤੇ 7 ਸਾਲ ਦੀ ਉਮਰ 'ਚ ਕੰਧ 'ਚ ਖੜੋ ਕੇ
ਕਿਸੇ ਕੌਮ ਦੇ ਕਿਸੇ ਬੱਚੇ ਨੇ ਅੱਜ ਤੱਕ ਕਿਸੇ ਬਹਾਦਰ ਨੂੰ ਨਹੀਂ ਕਿਹਾ ਕਿ ਮੇਰਾ ਸਿਰ ਜਾਣ ਤੋਂ ਉੱਤੇ ਜਾਣ ਦਿਓ, ਮੇਰਾ ਧਰਮ ਨਹੀਂ ਜਾਣਾ ਚਾਹੀਦਾ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਧਰਮ ਨਾ ਜਾਵੇ। ਹਾਂਜੀ, ਇਹ ਕਹਿ ਸਕਦਾ ਸਿੱਖ, ਕਹਿ ਸਕਦਾ ਖੋਪੜੀ ਲਵਾ ਕੇ ਬਾਈ ਨੂੰ ਬੈਠ ਕੇ ਜਾਲਮ ਨੂੰ ਜੁੱਤੀ ਦੇ ਅੱਗੇ ਲਾ ਕੇ ਤੋਰ ਸਕਦਾ, ਸਿੱਖ ਲਾ ਸਕਦਾ ਦੁਨੀਆਂ ਦੇ ਕਿਸੇ ਕੌਮ ਦੇ ਕਿਸੇ ਮਨੁੱਖ ਨੇ ਲਾਇਆ ਤਾਂ ਦੱਸੋ, ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਸਰ ਪੁੱਛ ਲਾ ਕੇ ਨਿਸ਼ਚੈ ਵਾਚਕ ਸਿੱਖ ਵੱਖਰੀ ਕੌਮ ਹੈ ਇਹ, ਤੇ ਚਲੋ ਪਹਿਲੀ ਤਾਂ ਗੱਲ ਹੈ ਸਿੱਖ ਤੋਂ ਬਿਨਾਂ ਜੰਮਦਾ ਹੀ ਕੋਈ ਨਹੀਂ, ਇਹ ਸਾਰੇ ਗੁੱਲੀ ਸ਼ਲੀ ਰਾਮ ਹੋਣੀ ਤੇ ਮੁਹੰਮਦ ਅਲੀ ਹੋਣੀ ਸਾਰੇ ਕਿਸੇ ਦਾ ਰੱਖ ਰਹੇ, ਸਾਡਾ ਤਾਂ ਰੌਲਾ ਹੀ ਕੋਈ ਨੀਗਾ। ਹਮਲਾ ਹੋਇਆ ਸੀ ਜੇ ਹੁਣ ਪੁੱਛਣੀ ਤੁਹਾਡੇ ਤਿੰਨ ਇੱਕ ਦੱਸੂਗਾ ਵੀ ਗੌਰਮੈਂਟ ਜਿਹੜੀ ਹੈ ਇਹ ਜਥੇ ਨੂੰ ਜਲੇਲ ਕਰਕੇ ਥੱਲੇ ਲਾਉਣਾ ਚਾਹੁੰਦੀ ਹੈ ਤੇ ਜਿੱਥੇ ਜੀਤ ਕਾਰ ਕੋਈ ਇਹਨਾਂ ਦੀ ਜਾਂਦੀ ਹੈ ਉਹਨਾਂ ਨੂੰ ਫੜ ਕੇ ਮਾਰਿਆ ਜਾਵੇ, ਸ਼ਹੀਦ ਕੀਤਾ ਜਾਵੇ, ਜ਼ਖਮੀ ਕੀਤਾ ਜਾਵੇ, ਦਹਿਸ਼ਤ ਬਿਠਾਈ ਜਾਵੇ, ਉਹ ਜਿੰਨਾ ਇਹਨਾਂ ਨੇ ਕਰਨਾ ਕਰਨ। ਕਿੰਨੇ ਕੁ ਸਿੰਘ ਸ਼ਹੀਦ ਹੋਏ ਨੇ? ਲਗਭਗ ਕੀ ਕਿਸੇ ਬਹੁਤ ਸਾਰੇ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੱਸ ਕੇ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ, ਕੀ ਕਿਸੇ ਨਿਰਪੱਖ ਮਿਸ਼ਨ ਅੱਗੇ ਇਹ ਝੂਠੇ ਪੁਲਿਸ ਮੁਕਾਬਲੇ ਸਾਬਤ ਕਰ ਸਕਦੇ ਹੋ? ਬਿਠਾਓ ਕਮਿਸ਼ਨ ਕਰੋ, ਮਿਸ਼ਨ ਨਿਰਪੱਖ ਹੋਵੇ ਜਾਂ ਪੱਖ ਵਾਲਾ ਤਾਂ ਉਹਨਾਂ ਨੂੰ ਪਤਾ ਹੋਗਾ, ਅਸੀਂ ਤਾਂ ਸਬੂਤ ਦੇਣੇ ਆ। ਨਿਰਪੱਖ ਕਿਹੜਾ ਮੱਥੇ ਤੇ ਲਿਖਿਆ ਜੋ ਥਰਮੋਮੀਟਰ ਲਾ ਲੈਣਾ, ਇਹ ਤਾਂ ਜ਼ਮੀਰ ਨਾਲ ਹੀ ਨਿਰਪੱਖਤਾ, ਸੱਚ ਕਹਿਣ ਦੀ ਜ਼ਰੂਰਤ ਹੋਊਗੀ ਨਿਰਪੱਖ ਹੋਊਗਾ, ਅਤੇ ਜੇ ਕਸ਼ਾਮ ਦੀ ਗੰਗਾ ਰਹਿ ਕੇ ਗੰਗਾ ਰਾਮ ਅਤੇ ਜਮਨ ਰਹਿ ਕੇ ਜਮਨ ਰਾਮ ਅਤੇ ਫਿਰ ਉੱਥੇ ਨਿਰਪੱਖਤਾ ਕਰ। ਪੰਜਾਬ ਵਿੱਚ ਵਾਪਰ ਰਹੀਆਂ ਹਿੰਸਕ ਘਟਨਾਵਾਂ ਅਤੇ ਹੋਰ ਹੈ ਕਤਲਾਂ ਬਾਰੇ ਤੁਹਾਡਾ ਕੀ ਪ੍ਰਭਾਵ ਹੈ? ਕੀ ਇਹ ਜਥੇਬੰਦਕ ਅਤੇ ਵਿਚਾਰਧਾਰਕ ਗਰੁੱਪ ਦੀ ਕਾਰਵਾਈ ਹੈ ਜਾਂ ਕੁਝ ਸਮਾਜ ਵਿਰੋਧੀ? ਕੀ ਇਹ ਜਥੇਬੰਦਕ ਅਤੇ ਵਿਚਾਰਧਾਰਕ ਕਿਸੇ ਗਰੁੱਪ ਦੀ ਕਾਰਵਾਈ ਹੈ? ਨਹੀਂ, ਵਿਚਾਰਧਾਰਕ ਦਾ ਮਤਲਬ ਇਹ ਹੁੰਦਾ ਵੀ ਮਤਭੇਦ ਦਾ ਵਿਰੋਧ, ਵਿਚਾਰਕ ਵਿਰੋਧ ਕਰਕੇ, ਜਾਂ ਇਹਦੇ ਵਿੱਚ ਕੁਝ ਸਮਾਜ ਵਿਰੋਧੀ ਅਨਸਰਾਂ ਤੇ ਨਿੱਜੀ ਦੁਸ਼ਮਣੀਆਂ ਵੀ ਸ਼ਾਮਲ ਨੇ? ਨਿੱਜੀ ਦੁਸ਼ਮਣੀ ਕੋਈ ਸ਼ਾਮਲ ਨਹੀਂ, ਇਹ ਸਰਕਾਰ ਦੀ ਕੂਟਨੀਤੀ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ, ਮੋਰਚੇ ਨੂੰ ਫੇਲ ਕਰਨ ਵਾਸਤੇ, ਤੇ ਸਰਕਾਰ ਦੇ ਸਾਖੀ ਦੀ ਇੱਕ ਕਰੀ ਹੈ ਇਹ। ਜਦੋਂ ਮੋਰਚਾ ਖਤਮ ਹੋ ਗਿਆ ਤਾਂ ਕੀ ਤੁਸੀਂ ਮੁੜ ਪੁਰਾਣੀ ਪਰੰਪਰਾ ਅਨੁਸਾਰ ਹੀ ਆਪਣੀ ਪ੍ਰਚਾਰ ਮੁਹਿੰਮ ਤੇ ਗੁਰਮਤ ਦੀ ਪੜ੍ਹਾਈ ਵਿੱਚ ਲੱਗ ਜਾਓਗੇ ਜਾਂ ਸਿੱਖ ਕੌਮ ਦੀ ਮੁਖੀ ਦੇ ਰੂਪ ਵਿੱਚ ਸੇਵਾ ਨਿਭਾਉਂਦੇ ਰਹੋਗੇ? ਇਹ ਪ੍ਰਸ਼ਨ ਤਾਂ ਬਣਦਾ ਜੇ ਪਹਿਲਾਂ ਅਸੀਂ ਬੰਦ ਕਰਕੇ ਬੈਠੇ ਹੋਏ, ਸਾਡਾ ਤਾਂ ਹੁਣ ਵੀ ਚੱਲੀ ਜਾਂਦਾ, ਇਹ ਪ੍ਰਸ਼ਨ ਹੀ ਗਲਤ ਹੈ।
ਬਾਕੀ ਬਹੁਤੇ ਲੋਕ ਅਨੁਭਵ ਕਰਦੇ ਨੇ। ਅਨੁਭਵ ਕਰਨਾ ਹੋਰ ਚੀਜ਼ ਆ, ਜਿਹੜਾ ਮੈਥੋਂ ਪੁੱਛਣਾ ਮੇਰੀ ਰਾਏ ਆ ਵੀ ਸਾਡਾ ਕੰਮ ਹੁਣ ਵੀ ਚੱਲਦਾ, ਹੁਣ ਸੰਚਾਰ ਹੁੰਦਾ ਇਸ ਰਾਤ ਤੇ, ਮੈਂ ਇੱਥੇ ਜਾ ਕੇ ਗਿਣਤੀ ਕਰ ਲਈ ਵੀ ਕਿੰਨੇ ਨੇ ਛੱਕਿਆ ਕਿੰਨੇ ਫੈਂਕੜਿਆ ਨੇ। ਬਾਕੀ ਸਾਡਾ ਕੰਮ ਜਦੋਂ ਤੱਕ ਸਵਾਸ ਆ ਨਾ ਇਹ ਪ੍ਰਚਾਰ ਕਰਨਾ, ਕੁਰਸੇ ਸਾਹਮਣੇ ਨਹੀਂ। ਇਹ ਸਾਹਿਬ ਰਾਣ ਤੇ ਜਿਹੜੇ ਆਏ ਇਹਨਾਂ ਨੂੰ ਪਤਾ ਹੋਣਾ, ਇਹਨਾਂ ਨੂੰ ਪੁੱਛਣੀ ਕਿਉਂ ਵੀ ਦੱਸੋ ਅੱਜ ਕੁਰਸੀਆਂ 'ਤੇ ਬਿਠਾਏ ਸੀ ਉਹਦੇ ਸਵੇਰ, ਜਾਂ ਕੁਰਸੀ ਕਰਸੀ ਲਾਈ ਹੋਏ ਦਿਨ ਫੋਨ। ਜੇ ਸ਼੍ਰੋਮਣੀ ਕਮੇਟੀ ਆਪਣਾ ਧਰਮ ਪ੍ਰਚਾਰ ਦਾ ਕਾਰਜ ਤੁਹਾਡੇ ਜਥੇ ਦੇ ਸਪੁਰਦ ਕਰ ਦੇਵੇ ਤਾਂ ਤੁਸੀਂ ਇਹ ਸਾਰਾ ਕਾਰਜ ਸੰਭਾਲਣ ਨੂੰ ਤਿਆਰ ਹੋ? ਮੇਰਾ ਕੰਮ ਤਾਂ ਪ੍ਰਚਾਰ ਕਰਨਾ, ਕਥਾ ਕੀਰਤਨ ਦਾ, ਮੇਰਾ ਕੰਮ ਹੋਰ ਕੋਈ ਨਹੀਂ। ਬਾਕੀ ਜੋ ਸੰਭਾਲਣਗੇ ਜਿਹੋ ਜਿਹਾ ਸਮਾਂ ਹੋਗਾ ਉਹ ਉੱਤਰ ਦੇਵਾਂਗੇ ਪਹਿਲਾਂ ਕਿਤੇ। ਤੁਹਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਚੁਣਨ ਦਾ ਬੜਾ ਚਰਚਾ ਚੱਲਿਆ, ਜੇ ਤੁਹਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਚੁਣਿਆ ਜਾਏ ਜਾਂ ਤੁਹਾਨੂੰ ਪੇਸ਼ਕਸ਼ ਕੀਤੀ ਜਾਏ ਤਾਂ ਕੀ ਤੁਸੀਂ ਉਹ ਸੇਵਾ ਨਿਭਾਉਣ ਨੂੰ ਤਿਆਰ ਹੋ? ਮੈਂ ਉਹ ਸੇਵਾ ਦੇ ਲਾਇਕ ਨਹੀਂ, ਨਿਭਾਉਣੀ ਕਿਹੜੀ ਉਹ ਗੁਰੂ ਦੇ ਵੱਲ ਸੇਵਾ ਨਿਭਾਉਣੀ ਗੁਰੂ ਦੇ ਵੱਸ, ਮੈਂ ਆਪਣੇ ਆਪ ਨੂੰ ਸੇਵਾ ਦੇ ਲਾਇਕ ਨਹੀਂ ਸਮਝਦਾ। ਚੁਣਨੇ ਸੰਗ ਪ੍ਰਵਾਸ, ਪਰ ਇੱਕ ਮੈਂ ਵੀ ਪੁੱਛਣਾ ਇੱਥੇ ਬੋਲਦੇ ਨੇ, ਹੁਣ ਕੋਈ ਨਹੀਂ ਸਾਲ ਪੁੱਛਿਆ ਕਿ ਨਿੱਕਾ ਜਿਹਾ ਮੈਨੂੰ ਪੁੱਛਣਾ ਉਹਨੇ, ਨਹੀਂ ਇਹਦੇ ਵਿੱਚ ਨਾ ਰਲਦਾ ਨੀ ਕਰਦੀ ਕਰਦੀ ਹੈ ਕਿ ਜਿਹੜੀ ਪਹਿਲੀ ਚੋਣ ਜਥੇ ਦੀ ਹੋਈ ਹੈ ਉਹ ਸੰਵਿਧਾਨ ਮੁਤਾਬਕ ਹੋਈ ਹੈ। ਤੈਨੂੰ ਹੁਣ ਪੱਤਰਕਾਰ ਨੇ ਨਾ ਫੋਨ ਆ ਕੇ ਪੁੱਛਿਆ, ਹੁਣ ਮੈਂ ਪੱਤਰਕਾਰ ਹਾਂ ਇਸ ਪ੍ਰਸ਼ਨ ਵਿੱਚ, ਪ੍ਰਸ਼ਨ ਵਿੱਚ ਮੈਂ ਪੱਤਰਕਾਰ। ਹੁਣ ਸੰਵਿਧਾਨ ਇਹ ਆ ਜਦੋਂ ਅਕਾਲ ਤਖ਼ਤ ਦੇ ਜਥੇਦਾਰ ਦੇ ਬਹਿਰੋ ਗੁਰਮੁਖ ਇੱਥੇ ਬਹਿ ਗਏ, ਬਹਿ ਜਾਣ ਤੋਂ ਬਜ਼ੁਰਗ ਸੁਣਿਆ ਪਿੱਛਾ, ਜਦੋਂ ਜਥੇਦਾਰ ਦੀ ਚੋਣ ਕਰਨੀ ਹੋਵੇ, ਜੋ ਮੈਂ ਸੁਣਿਆ ਪੜਿਆ ਨਹੀਂ ਸੁਣਿਆ, ਜਥੇਦਾਰ ਦੀ ਚੋਣ ਦਾ ਸਾਧਨ ਇਹ ਹੈ ਪੰਜਾਂ ਤਖ਼ਤਾਂ ਦੇ ਜਥੇਦਾਰ ਭਾਵ ਜਿਹੜਾ ਚੋਣਾਂ ਉਹਨਾਂ ਨੂੰ ਛੱਡ ਕੇ ਚਾਰ ਰਹਿ ਜਾਂਦੇ, ਬਾਕੀ ਚੋਣ ਦਸ ਤਖ਼ਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਅਕਾਲੀ ਦਲ ਦਾ ਪ੍ਰਧਾਨ, ਸਮੂਹ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸਭਾ ਸੁਸਾਇਟੀਆਂ, ਸਿੱਖ ਸਭਾਵਾਂ, ਇਹਨਾਂ ਨੂੰ ਚਿੱਠੀ ਪਾ ਕੇ ਸੂਚਿਤ ਕੀਤਾ ਜਾਂਦਾ ਅਤੇ ਸੰਗਤ ਦੀ ਇਕੱਤਰਤਾ ਕਰਕੇ ਰਾਏ ਲਈ ਜਾਂਦੀ ਹੈ, ਉਹ ਰਾਏ ਲੈ ਕੇ ਅਤੇ ਫਿਰ ਉਹ ਵਰਕਿੰਗ ਕਮੇਟੀ ਵਿੱਚ ਮਤਾ ਆਉਂਦਾ, ਫਿਰ ਅਜਟ ਉਹਦੇ ਵਿੱਚ ਆਉਂਦਾ, ਉੱਥੋਂ ਪਾਸ ਕਰਕੇ ਅਤੇ ਫਿਰ ਉਹ ਜਕਾਰਾ ਛੱਡਿਆ ਜਾਂਦਾ। ਹਾਂਜੀ ਸਾਡੇ ਕੋਲ ਬਹੁਤ ਪੁਰਾਣੇ ਬੈਠੇ ਆ, ਇਦੋਂ ਵੀ ਪੁਰਾਣੇ ਹੈਗੇ, ਬਾਬਾ ਖੜਕ ਸਿੰਘ ਵੇਲੇ ਦਾ ਇੱਕ ਬਜ਼ੁਰਗ ਹੈਗਾ, ਉਹਨੇ ਇੱਕ ਪ੍ਰਸ਼ਨ ਵੀ ਕੀਤਾ ਸੀ, ਉਹ ਕਿਸੇ ਕੋਲ ਜਵਾਬ ਨਹੀਂ ਗਾ, ਪਰ ਲੱਤਾਂ ਰਾਈ ਜਾਂਦੇ ਤੇ ਜਵਾਬ ਕਿਸੇ ਕੋਲ ਨਹੀਂ। ਹੁਣ ਇਹ ਜਿਹੜੀ ਚੋਣ ਹੋਈ ਹੈ ਅਜਗਤ ਦੇ 15 ਮੈਂਬਰ ਹੈ, 6 ਹਾਜ਼ਰ ਸੀ 9 ਗੈਰ ਹਾਜ਼ਰ, ਭੀਮ ਸਿੰਘ ਜਥੇਦਾਰ ਨੂੰ ਜਾ ਕੇ ਪੁੱਛੀ ਤਾਂ ਸੰਤਾਂ ਨੇ ਵੀ ਕੀ ਇਸ ਸਧਾਰਨ ਮੁਤਾਬਕ ਕੋਈ ਹੈ ਜਾਂ ਗੈਰ ਸਲੋਮ ਸੀ, ਮੈਨੂੰ ਤਾਂ ਜਦੋਂ ਤੂੰ ਬਣਾਵਾ ਕਰੋ ਵੇਖੀ ਜੋ ਸੋਚਾਂਗੇ, ਜਾਣਾ ਨਹੀਂ।
ਤੁਹਾਨੂੰ ਸ਼੍ਰੀਮਤੀ ਇੰਦਰਾ ਗਾਂਧੀ ਜਾਂ ਭਾਰਤ ਸਰਕਾਰ ਸਮਝੌਤੇ ਦੀ ਗੱਲਬਾਤ ਲਈ ਦਿੱਲੀ ਬੁਲਾਏ ਤਾਂ ਜਾਣ ਨੂੰ ਤਿਆਰ ਹੋ ਸਕਦੇ ਹੋ? ਜੇ ਤੁਹਾਡੇ ਨਾਲ ਗੱਲਬਾਤ ਰਾਹੀਂ ਸਿੱਖਾਂ ਦਾ ਮਸਲਾ ਹੱਲ ਹੋ ਸਕਦਾ ਹੋਵੇ ਤਾਂ ਤੁਸੀਂ ਸਹਿਯੋਗ ਦਿਓਗੇ? ਜੇ ਗੱਲਬਾਤ ਰਾਹੀਂ ਮੇਰੇ ਦੁਆਰਾ ਮਸਲਾ ਹੱਲ ਹੋ ਸਕਦਾ ਹੋਵੇ ਮੈਂ ਪੂਰਾ ਪੂਰਾ ਸਹਿਯੋਗ ਦੇਊਂਗਾ, ਪਰ ਦਿੱਲੀ ਜਾ ਕੇ ਨਹੀਂ, ਨਾਨਕ ਨਿਵਾਸ ਰਹਿ ਗਏ ਜੀ ਨੇ ਆਉਣਾ ਇੱਥੇ ਆ ਜੀ, ਮੈਂ ਤਾਂ ਜਾਣਾ ਨਹੀਂ। ਕਿਉਂਕਿ ਜੇ ਸਾਡੇ ਲੀਡਰਾਂ ਦੇ 13 ਵੇਰਾਂ ਜਾਣ ਤੋਂ ਵੀ ਉਹਨਾਂ ਨੂੰ ਯਕੀਨ ਨਹੀਂ ਤੇ ਮੇਰੇ ਜਾਣ ਤੋਂ ਯਕੀਨ ਕਿਵੇਂ ਆਜੂ? ਤੇ ਨਾ ਮੈਂ ਜਾਣਾ ਭਾਵੇਂ ਯਕੀਨ ਕਰ ਹੀ ਲੈਣਾ, ਇੱਥੇ ਆ ਜੇ ਜੇ ਸ਼ੇਖ ਅਬਦੁੱਲੇ ਕੋਲ 2 ਵਾਰ ਜਾਵੜ ਦੱਸ ਸਕਦੇ ਤਾਂ ਇੱਥੇ ਮਹਿੰਗੀ ਲੱਗੀ ਆ। ਉਹਦਾ ਬਿਮਾਰ ਦਾ ਪਤਾ ਲੈਣ ਗਈ ਕਿ ਨਹੀਂ 2 ਵਾਰਾਂ? ਆਹੋ, ਤੇ ਜੇ ਤੁਹਾਡੇ ਹੁਣ ਦਿੱਲੀ ਵਾਲੇ ਕਣਕ ਹੋਵੇ ਤਾਂ ਭੇਜੋ ਨਾ ਉਹਨੂੰ ਇੱਥੇ। ਸਿੱਖ ਲੀਡਰਸ਼ਿਪ ਦੇ ਵਰਤਮਾਨ ਏਕੇ ਤੋਂ ਸੰਤੁਸ਼ਟ ਹੋ? ਇਸ ਏਕਤਾ ਵਿੱਚ ਹੋਰ ਵਾਧੇ ਲਈ ਤੁਹਾਡੇ ਪਾਸ ਕੀ ਸੁਝਾਅ ਨੇ? ਸਰਕਾਰੀ ਸਾਖੀਆਂ ਸੁਣਾਉਣੀਆਂ ਤੇ ਹਜ਼ੀਆਂ ਜੇ ਨਾ ਆਖੇ ਲੱਗਣ ਤੋਂ ਸੰਗਤ ਦਾ ਇਕੱਠ ਕਰਕੇ ਸੰਗਤ ਵਿੱਚ ਸਾਰਿਆਂ ਦੀਆਂ ਗੱਲਾਂ ਦੱਸਣੀਆਂ ਵੀ ਆਹ ਕਰਦਾ ਆਹ ਕਰਦਾ ਤੇ ਦ੍ਰਿੜਤਾ ਸਹਿਤ ਗੱਲ ਕਹਿ ਦੇਣੀ। ਪਹਿਲਾ ਪ੍ਰਸ਼ਨ ਦਾ ਪੋਸਚਨ ਇਹ ਹੈ ਕਿ ਕੀ ਤੁਸੀਂ ਏਕਤਾ ਤੋਂ ਸੰਤੁਸ਼ਟ ਹੋ? ਉਹ ਮੋਰਚੇ ਤੱਕ ਤਾਂ ਹਾਂ ਹੀ ਨਾ, ਨਾ ਫਿਰ ਵਿਕ ਜਾਓ। ਕਿਉਂ ਬਾਈ? ਜਦੋਂ ਤੱਕ ਹੈਗੀ ਆ ਉਦੋਂ ਤੱਕ ਤਾਂ ਸੰਤੁਸ਼ਟ ਹੀ ਹੈ। ਇਹ ਤਾਂ ਚੁੱਪ ਹੋ ਜਾਂਦਾ ਨੇ, ਬਾਹਰ ਲਿਆਉਣ ਦੇ ਟੇਪ ਰੱਖੀ ਹੁੰਦੀ ਨਾਲ ਦੀ ਨਾਲ ਹੀ ਚੁਣੀ ਜਾਂਦਾ ਕੰਮ। ਹਾਂਜੀ, ਹੁਣ ਮੈਂ ਪੁੱਛਣ ਜਾਣ ਲੱਗੀ ਕਿ ਤੁਸੀਂ ਸਿੱਖਾਂ ਦੀਆਂ ਮੰਗਾਂ ਪੂਰੀਆਂ ਕਰਾਉਣ ਵਾਸਤੇ ਹਾਂਜੀ ਤੇ ਸਿੱਖ ਦੁਖੀ ਹਿਰਦੇ ਨੂੰ ਸ਼ਾਂਤੀ ਦਿਵਾਉਣ ਵਾਸਤੇ ਇੰਦਰਾ ਗਾਂਧੀ ਨੂੰ ਪ੍ਰੇਰਿਤ ਕੇ ਇੱਥੇ ਅੰਮ੍ਰਿਤਸਰ ਭੇਜੋਗੇ? ਕੀ ਪਹਿਲਾਂ ਤੁਸੀਂ ਇਹ ਸਮਝਦੇ ਹੋ ਕਿ ਅਸੀਂ ਉਹਨੂੰ ਉਹ ਸਾਡੀ ਪ੍ਰੇਰਨਾ ਮੰਨ ਲਏ? ਮੈਂ ਸਮਝਦਾ ਨਾ, ਚੱਲ ਤੂੰ ਠਹਿਰ ਜਾ ਇੱਕ ਮਿੰਟ, ਫਿਕਰ ਨਾ ਕਰ, ਮੈਂ ਸਮਝਦਾ ਤੂੰ ਕਰਵਾਏਗਾ। ਚੱਲ ਨਹੀਂ, ਇਸ ਪਾਸੇ ਨੇ ਦੂਜੇ ਪਾਸੇ ਕੰਨ ਫੜਾ ਲੈਂਦੇ ਹਾਂ। ਜੇ ਤੁਹਾਡੀ ਹਿੰਮਤ ਨਹੀਂ ਕਿ ਤੁਸੀਂ ਦਿੱਲੀ ਦੀ ਜਿਤਨੀ ਸੰਗਤ ਸਿੱਖ ਹੋ ਉਹ ਸਾਰੇ ਇਕੱਠੇ ਹੋ ਕੇ ਉੱਥੇ ਦਿੱਲੀ ਗ੍ਰਿਫਤਾਰੀ ਦੇਵੋਗੇ? ਮਨਾ ਸਕਦੇ ਤੁਸੀਂ ਆਸ ਵਿੱਚ ਤਾਂ ਮੰਨੋ ਨਾ।